ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ, ਆਪਣੇ ਯੂਟਿਊਬ ਚੈਨਲ ਆਲ ਨੌਲੇਜ ਟਵੰਟੀ ਦੇ ਤੁਹਾਡਾ ਬਹੁਤ ਸਵਾਗਤ ਕਰਦਾ ਹੈ। ਸਭ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਲਾਈਕ ਕਰੋ। ਆਹ ਜਿਹੜੇ ਮੇਰੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਵੀਰ ਜੀ, ਅੱਜ ਆਪਾਂ ਟਰੈਕਟਰ ਲੈ ਕੇ ਆਏ ਤੁਹਾਡੇ ਨਾਲ, ਸੋਨਾਲੀਕਾ DI 750 ਇੰਟਰਨੈਸ਼ਨਲ ਸਿਕੰਦਰ ਸਿੰਘ ਦਾ ਟਰੈਕਟਰ ਹੈ ਇਹ। ਜੇ ਆਪਾਂ ਟਰੈਕਟਰ ਦੀ ਗੱਲ ਕਰੀਏ, ਟਰੈਕਟਰ ਆਪਣਾ ਜਿਹੜਾ ਫੋਰ ਸੇਲ ਟਰੈਕਟਰ ਹੈ ਇਹ। ਆਪਣਾ ਝਾਂਸੀ ਦੇ ਵਿੱਚ ਟਰੈਕਟਰ ਕੱਟਿਆ ਹੋਇਆ, ਟਰੈਕਟਰ ਜਿਹੜਾ ਵੇਚਿਆ ਬੰਦੇ ਨੇ, ਇਸ ਲਈ ਆ ਵੀ ਉਹਦੇ ਲਈ ਇੰਡੋ ਫਾਰਮ ਟਰੈਕਟਰ ਖੜ੍ਹੇ ਨੇ। ਬੰਦੇ ਨੂੰ ਫੋਰ ਸਪੀਡ ਟਰੈਕਟਰ ਦੀ ਲੋੜ ਸੀ, ਬੰਦਾ ਇਸ ਕਰਕੇ ਇਹਨੂੰ ਕਟਾ ਗਿਆ। ਜੇ ਆਪਾਂ ਟਰੈਕਟਰ ਦੀ ਗੱਲ ਕਰੀ ਜਾਵੇ ਤਾਂ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ, ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ। ਟਰੈਕਟਰ ਦੇ ਮਾਡਲ ਦੀ ਗੱਲ ਕਰੀ ਜਾਵੇ 2018 ਮਾਡਲ ਟਰੈਕਟਰ ਆ। ਟਰੈਕਟਰ ਜਿਹੜਾ ਆਪਣਾ ਪਾਵਰ ਸਟੀਅਰਿੰਗ ਦੇ ਵਿੱਚ ਆ ਰਿਹਾ, ਆਪਣਾ ਜਿਹੜਾ ਇਹਦਾ ਜਿਹੜਾ ਪੰਪ ਆਪਣਾ ਪਾਵਰ ਸਟੀਅਰਿੰਗ ਦਾ ਡਬਲ ਕੰਮ ਕਰਦਾ ਦੋਹਾਂ ਪਾਸੇ ਤੋਂ। ਜੇ ਆਪਾਂ ਟਰੈਕਟਰ ਲੁੱਕ ਵਾਈਜ਼ ਗੱਲ ਕਰੀ ਜਾਈਏ ਤਾਂ ਲਗਭਗ ਵੀ ਜਿਹੜੀ ਸੋਹ ਅਤੇ ਪੇਪਰ ਕੋਈ ਲਕੀਰ ਨਹੀਂ ਟਰੈਕਟਰ ਦੇ, ਬਿਲਕੁਲ ਐਨ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਨਵਾਂ, 2018 ਮਾਡਲ ਟਰੈਕਟਰ ਇਹ। ਆ ਜਿਹੜੇ ਟਰੈਕਟਰ ਦੇ ਆਪਾਂ ਟਾਇਰਾਂ ਦੀ ਗੱਲ ਕਰੀ ਜਾਈਏ ਤਾਂ ਜਿਹੜੇ ਟਾਇਰ ਨੇ, ਚਾਰ ਟਾਇਰ ਟਰੈਕਟਰ ਦੇ ਨਾਲ ਦੇ ਨੇ, MRF ਕੰਪਨੀ ਦੇ ਟਾਇਰ ਨੇ, 14x28 ਦੇ। ਆ ਟਰੈਕਟਰ ਦੇ ਆਪਾਂ ਟਾਇਰਾਂ ਦੀ ਗੱਲ ਕਰੀ ਜਾਈਏ ਜਾਵੇ ਤਾਂ ਟਰੈਕਟਰ ਦੇ ਟਾਇਰ ਲਗਭਗ 40-50 ਪੈਸੇ ਦੇ ਵਿਚਕਾਰ ਟਾਇਰ ਹੈਗੇ ਨੇ ਪਿਛਲੇ। ਟਰੈਕਟਰ ਦੀ ਆਪਾਂ ਗੱਲ ਕਰੀਏ ਤਾਂ 2 ਸਪੀਡ ਦੇ ਵੀ ਟਰੈਕਟਰ ਆ ਰਿਹਾ ਆਪਣਾ ਹਾਈ ਲੋ ਦੇ ਵਿੱਚ। ਆਰ 4 ਸਿਲੰਡਰ ਇੰਜਣ ਦੇ ਵਿੱਚ ਟਰੈਕਟਰ ਆਉਂਦਾ ਏ। ਆਪਾਂ ਤੁਹਾਨੂੰ ਇਹਦਾ ਸੋ ਵੀ ਚੱਕ ਦਿਖਾਵਾਂਗੇ, ਇੰਜਣ ਦੀ ਕੰਡੀਸ਼ਨ ਕੰਡੀਸ਼ਨ ਵਗੈਰਾ। ਅੱਜ ਆਪਾਂ ਪਿੱਛੋਂ ਫੀਚਰ ਦੀ ਗੱਲ ਕਰੀ ਜਾਵੇ ਤਾਂ ਆਪਾਂ ਨੂੰ ਇਹਦੇ ਵਿੱਚ ਡਰਾਵਲ ਅਤੇ ਹੁੱਕ ਸਾਰਾ ਕੁਛ ਨਾਲ ਮਿਲੂਗਾ। ਅਤੇ ਆਪਾਂ ਇਹਦੇ ਵਿੱਚ ਆਪਣੇ ਡਬਲ ਡਿਸਟ੍ਰੀਬਿਊਟਰ ਲੱਗੇ ਹੋਏ ਨੇ, ਇੱਧਰ ਲੀਵਰ ਲੱਗਿਆ ਹੋਇਆ। ਜੇ ਆਪਾਂ ਤੁਹਾਨੂੰ ਪਤਾ, ਅੱਜ ਕੱਲ੍ਹ ਜਿਹੜੇ ਨਵੇਂ ਮਾਡਲ ਟਰੈਕਟਰ ਆ ਰਹੇ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਬਹੁਤ ਪੈਂਦੀ ਹੈ। ਤੁਹਾਨੂੰ ਜਿਹੜੇ ਹੁੰਦੇ ਇੰਪਲੀਮੈਂਟ ਆ ਰਹੇ ਨੇ, ਜਿਵੇਂ ਕੰਪਿਊਟਰ ਕਰਾਹ ਹੋ ਗਿਆ, ਪਾਵਰ ਹੈਰੋ ਹੋ ਗਈ, ਹੋਰ ਵੀ ਸਾਰੇ ਬਹੁਤ ਸਾਰੇ ਇੰਪਲੀਮੈਂਟ ਨੇ ਜਿਹਨਾਂ 'ਤੇ ਆਪਾਂ ਨੂੰ ਲੋੜ ਪੈਂਦੀ ਹੈ। ਟਰੈਕਟਰ ਸਾਈਡ ਗੇਅਰ ਦੇ ਵਿੱਚ ਆ ਰਿਹਾ ਆਪਣਾ, 4 ਗੇਅਰ ਨੇ ਇਹਦੇ, ਇੱਕ ਰਿਵਰਸ ਗੇਅਰ ਆ, ਬਾਕੀ ਹਾਈ ਲੋ ਟਰੈਕਟਰ ਆ। ਅਤੇ ਜਿਹੜਾ ਆਪਣੀ ਦੀ ਸੀਟ ਆ ਟਰੈਕਟਰ ਦੀ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸੀਟ ਆ, ਅਤੇ ਅੱਗੇ ਪਿੱਛੇ ਹੋਣ ਵਾਲੀ ਸੀਟ ਆ। ਬਾਕੀ ਮੋਲੇ ਟਾਈਪ ਟਰੈਕਟਰ ਦੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਮੇਰੇ ਸਾਹਮਣੇ, ਲਗਭਗ 70-80 ਪੈਸੇ, ਜਿਵੇਂ ਆਪਾਂ ਕਹਿੰਦੇ ਹਾਂ ਪੌਣੇ ਟਾਇਰ ਹੋ ਗਏ, 70-80 ਪੈਸੇ ਟਾਇਰ ਪਏ ਨੇ। ਅਤੇ ਰਿਮ ਰੁਮ ਵੀ ਟਰੈਕਟਰ ਦੇ ਬਹੁਤ ਵਧੀਆ, ਵੀ ਬਿਲਕੁਲ ਨਵੇਂ ਕਿਧਰੋਂ ਵੀ ਟਰੈਕਟਰ ਨੂੰ ਜਰਨੀ ਲੱਗੀ ਹੋਈ। ਆਪਾਂ ਤੁਹਾਨੂੰ ਟਰੈਕਟਰ ਦਾ ਚੱਕ ਕੇ ਦਿਖਾਉਂਦੇ ਹਾਂ ਬੁੰਟ। ਹਾਂਜੀ, ਆਪਾਂ ਤੁਹਾਨੂੰ ਟਰੈਕਟਰ ਦਾ ਇੰਜਣ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਵੀ ਇੰਜਣ 'ਤੇ ਵੀ ਬਹੁਤ ਵਧੀਆ ਐਨ ਜਿਹੜੀ ਹੈ ਵੀ ਪੇਂਟ ਉਤਰਿਆ ਵਾ, ਬਿਲਕੁਲ ਸਾਫ਼ ਸੁਥਰਾ ਇੰਜਣ ਵੱਲੋਂ ਵੀ ਸਾਫ਼ ਸੁਥਰਾ ਟਰੈਕਟਰ। ਅਤੇ ਆਪਣਾ ਇਹ ਨਹੀਂ ਹੈਗਾ ਵੀ ਇਹਦੇ ਜਰ ਲੱਗੀ ਹੋਈ ਹੈ ਜਾਂ ਕਿਤੇ ਰੰਗ ਰੁੰਗ ਉਤਰਿਆ ਹੋਇਆ, ਕਿਤੇ ਰੰਗ ਨਹੀਂ ਉਤਰਿਆ ਹੋਇਆ, ਜਾਂ ਨਾ ਜਰ ਲੱਗੀ ਹੋਈ ਹੈ। ਆਪਾਂ ਤੁਹਾਨੂੰ ਟਰੈਕਟਰ ਦੇ ਉੱਪਰ ਲੈ ਚੱਲਦੇ ਹਾਂ। ਟਰੈਕਟਰ ਦੇ ਉੱਪਰ ਤੁਸੀਂ ਡੈਸ਼ਬੋਰਡ 'ਤੇ ਦੇਖ ਸਕਦੇ ਹੋ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ। ਆਪਣਾ 1950 ਘੰਟੇ ਚੱਲ ਚੁੱਕਿਆ, 1950 ਘੰਟੇ ਦੇ ਲਗਭਗ। ਬਾਕੀ ਕੰਡੀਸ਼ਨ ਵਾਈਜ਼ ਟਰੈਕਟਰ ਬਹੁਤ ਵਧੀਆ, ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ। ਜੇ ਆਪਾਂ ਟਰੈਕਟਰ ਦੀ ਗੱਲ ਕਰੀ ਜਾਵੇ ਤਾਂ ਹਰਿਆਣਾ ਨੰਬਰ ਟਰੈਕਟਰ ਆ ਇਹ, ਅਤੇ ਆਪਣੇ ਜਖਵਾਲੀ ਅੱਡੇ ਇੰਡੋ ਫਾਰਮ ਦੀ ਏਜੰਸੀ ਦੇ ਵਿੱਚ ਖੜ੍ਹਾ ਇਹ। ਜੇ ਆਪਾਂ ਟਰੈਕਟਰ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਟਰੈਕਟਰ ਦੀ ਜਿਹੜੀ ਆਪਣੀ ਡਿਮਾਂਡ ਆ, 4.5 ਲੱਖ ਰੁਪਇਆ ਡਿਮਾਂਡ ਆ। ਜੇਕਰ ਤੁਸੀਂ ਉਰੇ ਆਉਂਦੇ ਹੋ ਤਾਂ ਮੌਕੇ 'ਤੇ ਥੋੜ੍ਹਾ ਆਪਣਾ ਮਾਣ ਕੀਤਾ ਜਾਊਗਾ, ਘੱਟ ਵੱਧ ਮੌਕੇ 'ਤੇ ਹੋ ਜਾਊਗਾ। ਬਾਕੀ ਬਹੁਤ ਵਧੀਆ ਕੰਡੀਸ਼ਨ ਟਰੈਕਟਰ ਆ, ਟਰੈਕਟਰ ਦੇ ਵਿੱਚ ਹੋਰ ਕੋਈ ਦਿੱਕਤ ਨਹੀਂ ਹੈਗੀ ਵੀ ਜਾਂ ਕੋਈ ਵੀ ਫਲਟ ਆ। ਇਹ ਤਾਂ ਬੰਦੇ ਨੇ ਮਤਲਬ ਨਵਾਂ ਟਰੈਕਟਰ, ਤੁਹਾਨੂੰ ਪਤਾ ਜਿਹੜਾ 4 ਸਪੀਡ ਟਰੈਕਟਰ ਲੈਣਾ ਸੀ, ਉਹਦੇ ਕਰਕੇ ਆਪਣਾ ਕਟਵਾ ਕੇ ਇੰਡੋ ਟਰੈਕਟਰ ਨਵਾਂ ਲੈ ਗਏ। ਜੇ ਕਿਸੇ ਮੇਰੇ ਵੀ ਉਹਨੂੰ ਲੋੜ ਆ ਤਾਂ ਟਰੈਕਟਰ ਆ ਕੇ ਲਿਜਾ ਸਕਦਾ।
ਬਾਕੀ ਅਸੀਂ ਆਪਣੀ ਵੀਡੀਓ ਜਿਹੜੇ ਆਪਾਂ ਤੁਹਾਡੇ ਨਾਲ ਲੈ ਕੇ ਆਏ, ਬਾਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਏਜੰਸੀ ਦਾ ਪ੍ਰੋਵਾਈਡ ਕਰਵਾ ਦਾਂਗੇ। ਕੰਟੈਕਟ ਕਰਕੇ ਏਜੰਸੀ ਵਾਲੇ ਵੀਰੋ ਨਾਲ ਆ ਕੇ ਟਰੈਕਟਰ ਲਿਜਾ ਸਕਦੇ ਹੋ। ਆਪਾਂ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਦਿਖਾ ਦਿੰਦੇ ਹਾਂ, ਟਰੈਕਟਰ ਦਾ ਇੰਜਨ ਵੱਲੋਂ ਤੁਸੀਂ ਬਾਜ ਬੂਝ ਦੇਖ ਸਕਦੇ ਹੋ। ਚਲੋ ਵੀਰ ਜੀ ਕਰ ਦਿਓ ਸਟਾਰਟ। ਹਾਂਜੀ ਦੇਖ ਸਕਦੇ ਹੋ ਤੁਸੀਂ ਆਪਣਾ ਟਰੈਕਟਰ ਬਿਲਕੁਲ ਜਿਵੇਂ ਇੰਜਨ ਬਿਲਕੁਲ ਓਕੇ ਆ, ਬਾਜ ਦੇਖ ਸਕਦੇ ਹੋ, ਨਾ ਧੂੰਆਂ ਦਿਖਾ ਰਿਹਾ ਟਰੈਕਟਰ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਤੁਸੀਂ ਇੰਜਨ ਦੇਖ ਸਕਦੇ ਹੋ। ਹਾਂਜੀ ਤੁਸੀਂ ਆਪਣਾ ਟਰੈਕਟਰ ਦੇਖਿਆ, ਇੰਜਨ ਟਰੈਕਟਰ ਦਾ ਬਿਲਕੁਲ ਐਨ ਓਕੇ ਕੰਡੀਸ਼ਨ ਆ ਟਰੈਕਟਰ ਦੀ। ਜੇਕਰ ਕਿਸੇ ਮੇਰੇ ਵੀਰ ਨੂੰ ਲੈਣਾ ਹੈ ਤਾਂ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਟਰੈਕਟਰ ਬਿਲਕੁਲ ਇੱਕ ਨੰਬਰ ਕੰਡੀਸ਼ਨ ਟਰੈਕਟਰ ਆ, ਆ ਕੇ ਆਪਾਂ ਟਰੈਕਟਰ ਲਿਜਾ ਸਕਦੇ ਹਾਂ। ਬਾਕੀ ਤੁਹਾਨੂੰ ਆਪਾਂ ਟਰੈਕਟਰ ਦਿਖਾਉਂਦੇ ਹਾਂ, ਇੰਡੋ ਫਾਰਮ ਸੀਮੈਕ ਟਰੈਕਟਰ ਹੈ 3055 DI। ਪਹਿਲਾਂ ਆਪਾਂ ਟਰੈਕਟਰ ਦਾ ਆਪਣੇ ਚੈਨਲ 'ਤੇ ਰਿਵਿਊ ਆਇਆ ਹੋਇਆ ਟਰੈਕਟਰ ਦਾ, ਪਹਿਲਾਂ ਆਪਾਂ ਇਹਦਾ ਫੁੱਲ ਰਿਵਿਊ ਕਰਿਆ ਜੀ ਟਰੈਕਟਰ ਦਾ। ਉਹ ਤੁਸੀਂ ਆਪਣੀ ਵੀਡੀਓ ਜਾਂ ਕਿਸੇ ਮੇਰੇ ਵੀਰ ਨੂੰ ਟਰੈਕਟਰ ਦਾ ਰਿਵਿਊ ਦੇਖਣਾ ਹੈ ਜਾ ਕੇ ਦੇਖ ਸਕਦੇ ਹੋ। ਸੁਪਰ ਸਪੀਡਰ ਵਾਸਤੇ ਟਰੈਕਟਰ ਇਹ ਇੱਕ ਨੰਬਰ ਟਰੈਕਟਰ ਆ, ਹੋਰ ਸਪੀਡ ਦੇ ਵਿੱਚ ਟਰੈਕਟਰ ਆਉਂਦਾ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਕੰਪਨੀਆਂ 3 ਸਪੀਡ ਟਰੈਕਟਰ ਕੱਢ ਰਹੀਆਂ ਨੇ, ਜਿਹੜੀ ਇਹਦੀ ਜਿਹੜੀ ਟੈਕਨੋਲੋਜੀ ਆ 4 ਸਪੀਡ ਸੁਪਰ ਸਪੀਡਰ ਲਈ ਬਹੁਤ ਹੀ ਕਾਮਯਾਬ ਅਤੇ ਆਪਣੀ ਲਾਹੇਵੰਦ, ਆਪਣਾ ਜਿਹੜਾ ਇਹ ਸੁਪਰ ਸਪੀਡਰ ਹੀ ਬਹੁਤ ਲਾਹੇਵੰਦ ਟਰੈਕਟਰ ਆ। ਜੇ ਕਿਸੇ ਮੇਰੇ ਵੀਰ ਨੂੰ ਲਿਜਾਣਾ ਹੋਵੇ ਤਾਂ ਆਪਣੇ ਵੀਰ ਉਹਨਾਂ ਕੋਲ ਜਿਹੜੇ ਇੰਡੋ ਫਾਰਮ ਦੇ ਟਰੈਕਟਰ ਨੇ 4 ਸਪੀਡ ਉਹ ਵੀ ਉਪਲਬਧ ਨੇ। ਕੋਈ ਵੀ ਟਰੈਕਟਰ ਜਿਵੇਂ ਆਪਾਂ ਨੇ ਇਹਨਾਂ ਦਾ ਇੰਡੋ ਫਾਰਮ ਦਾ ਲਿਜਾਣਾ, ਬੜੇ ਤੋਂ ਬੜਾ, ਛੋਟੇ ਤੋਂ ਛੋਟਾ, ਚਾਹੇ 90 HP ਤੱਕ ਦਾ ਹੋ ਗਿਆ, ਮਤਲਬ ਚਾਹੇ 35 HP ਤੋਂ ਲੈ ਕੇ 90 HP ਤੱਕ ਦਾ ਕੋਈ ਵੀ ਟਰੈਕਟਰ, ਉਰੇ ਸਾਰਾ ਤੁਹਾਨੂੰ ਉਪਲਬਧ ਮਿਲ ਜੂਗਾ। ਚਾਹੇ 4x4 2 ਸਪੀਡ 4 ਸਪੀਡ ਆਪਣਾ 2 ਸਪੀਡ ਤੁਹਾਨੂੰ ਜਿੰਨੇ ਵੀ ਤੁਹਾਨੂੰ ਜਿਹੜਾ ਹੀ ਮਾਡਲ ਚਾਹੀਦਾ ਤੁਹਾਨੂੰ ਹਰ ਤਰ੍ਹਾਂ ਟਰੈਕਟਰ ਮਿਲ ਜੂਗਾ, ਆ ਕੇ ਮੇਰਾ ਵੀਰ ਕੋਈ ਵੀ ਟਰੈਕਟਰ ਲਿਜਾ ਸਕਦਾ। ਬਾਕੀ ਉੱਧਰ ਉੱਪਰ ਕੋਡ ਲੱਗਿਆ ਏਜੰਸੀ ਦਾ, ਮੇਨ ਰੋਡ ਪਟਿਆਲਾ ਸਰਹੰਦ ਰੋਡ 'ਤੇ ਏਜੰਸੀ ਹੈ, ਉਰੇ ਆ ਕੇ ਮੇਰਾ ਵੀ ਟਰੈਕਟਰ ਆਪਾਂ ਪਰਚੇਸ ਕਰ ਸਕਦੇ ਹਾਂ। ਬਾਕੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਨੂੰ ਚੈਨਲ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾਓ, ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ। ਧੰਨਵਾਦ।